ਇਹ ਹੈ ਕੋਟਕਪੁਰਾ ਦਾ ਜੰਕਸ਼ਨ ਜੋ ਸਹੂਲਤਾਂ ਲਈ ਘੱਟ ਪਰ ਸਿਆਸਤ ਦੇ ਲਈ ਜ਼ਿਆਦਾ ਜਾਣਿਆ ਜਾਂਦਾ ਹੈ ਇਸ ਲਈ ਇਸ ਨੂੰ ਸਿਆਸਤ ਦਾ ਜੰਕਸ਼ਨ ਕਹਿਣਾ ਵੀ ਗਲਤ ਨਹੀਂ ਹੋਵੇਗਾ ਵੱਡੀ ਗੱਲ ਤਾਂ ਇਹ ਹੈ ਕਿ ਇੱਥੋਂ ਸਿਆਸਤ ਵੀ ਚੋਣਾਂ ਦੇ ਸਮੇਂ ਹੀ ਸ਼ੁਰੂ ਹੁੰਦੀ ਹੈ ਤੇ ਚੋਣਾਂ ਦੇ ਨਾਲ ਹੀ ਖਤਮ ਵੀ ਹੋ ਜਾਂਦੀ ਹੈ ਕੋਟਕਪੁਰਾ ਦਾ ਇੱਕ ਇਹੋ ਜਿਹਾ ਰੇਲਵੇ ਸਟੇਸ਼ਨ ਜਿਸ ਨੂੰ ਚੋਣਾਂ ਵੇਲੇ ਹਰ ਪਾਰਟੀ ਆਪਣੇ ਵਾਅਦਿਆਂ ਦੇ ਪਟਾਰੇ ਵਿੱਚ ਰੱਖਦੀ ਹੈ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ ਇਸ ਸਟੇਸ਼ਨ ਨੂੰ ਕਈ ਹੋਰ ਸਟੇਸ਼ਨਾਂ ਦੇ ਨਾਲ ਜੋੜਿਆ ਜਾਵੇਗਾ ਇਸ ਵਾਅਦੇ ਦੇ ਨਾਲ ਲੋਕਾਂ ਤੋਂ ਵੋਟ ਇਕੱਠੇ ਕੀਤੇ ਜਾਂਦੇ ਨੇ ਪਰ ਜਿੱਤ ਤੋਂ ਬਾਅਦ ਉਹੀ ਸਿਆਸਤਦਾਨ ਕਿੱਥੇ ਲੁਕ ਜਾਂਦੇ ਨੇ ਇਹ ਲੋਕਾਂ ਨੂੰ ਅੱਜ ਤੱਕ ਸਮਝ ਨਹੀਂ ਆ ਸਕੀ ਅਸੀਂ ਕੋਟਕਪੁਰਾ ਰਹਿੰਦੇ ਹਾਂ ਅਤੇ ਜਦ ਤੋਂ ਅਸੀਂ ਸਟੱਡੀ ਕਰਦੇ ਹਾਂ ਅਤੇ ਜਦੋਂ ਅਸੀਂ ਕੋਈ ਐਗਜ਼ਾਮ ਵਾਸਤੇ ਜਾਂ ਕੋਈ ਸਰਟੀਫਿਕੇਟ ਕਲੈਕਟ ਕਰਨ ਵਾਸਤੇ ਕੋਈ ਜਾਂਦੇ ਹਾਂ ਬਾਹਰ ਜਾਂਦੇ ਚੰਡੀਗੜ੍ਹ ਹੋ ਗਿਆ ਜਲੰਧਰ ਲੁਧਿਆਣਾ ਜਾਂ ਮੋਗਾ ਕਿਤੇ ਵੀ ਜਾਂਦੇ ਹਾਂ ਅਤੇ ਸਾਨੂੰ ਬੱਸਾਂ ਦੇ ਧੱਕੇ ਖਾਣੇ ਪੈਂਦੇ ਆ ਕਿਉਂਕਿ ਉਹਨਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਕਰਕੇ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਸਾਰੇ ਰਾਜ ਪਾਰਟੀਜ਼ ਹੁੰਦੀਆਂ ਜਿਹੜੀਆਂ ਉਹ ਐਂ ਕਹਿੰਦੀਆਂ ਕਿ ਅਸੀਂ ਟ੍ਰੇਨਸ ਚਲਾਵਾਂਗੇ ਬਟ ਇੱਥੇ ਕੋਈ ਵੀ ਟ੍ਰੇਨ ਨਹੀਂ ਚਲਾਈ ਜਾਂਦੀ ਅਤੇ ਸਾਰੇ ਸਟੂਡੈਂਟਸ ਨੂੰ ਵੀ ਦਿੱਕਤ ਹੁੰਦੀ ਹੈ ਅਤੇ ਬਾਕੀਆਂ ਨੂੰ ਵੀ ਬਹੁਤ ਪ੍ਰੋਬਲਮ ਹੁੰਦੀ ਹੈ ਦੋ ਵਾਰ ਇਸ ਰੇਲਵੇ ਸਟੇਸ਼ਨ ਦਾ ਸਰਵੇ ਵੀ ਹੋਇਆ ਹੈ ਰੇਲਵੇ ਕਮੇਟੀ ਵੀ ਬਣੀ ਪਰ ਸਭ ਕਾਗਜ਼ਾਂ ਤੱਕ ਹੀ ਸੀਮਤ ਰਿਹਾ ਵੱਡੇ ਵੱਡੇ ਸਿਆਸਤਦਾਨ ਇੱਥੇ ਆ ਚੁੱਕੇ ਨੇ ਵਾਅਦੇ ਕਰ ਚੁੱਕੇ ਨੇ ਪਰ ਮੁਸਾਫਰਾਂ ਦੀ ਤਰ੍ਹਾਂ ਇਹਨਾਂ ਸਿਆਸਤਦਾਨਾਂ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਹੁੰਦਾ ਲੋਕਾਂ ਦਾ ਕਹਿਣਾ ਹੈ ਕਿ ਮੰਤਰੀਆਂ ਦੀਆਂ ਆਪਣੀਆਂ ਟਰਾਂਸਪੋਰਟਾਂ ਨੇ ਇਸੇ ਲਈ ਇਸ ਰੂਟ 'ਤੇ ਕੋਈ ਟ੍ਰੇਨ ਨਹੀਂ ਚੱਲਦੀ ਦੇਖੋ ਜੀ ਰੇਲਵੇ ਦੇ ਨਾਲ ਕੋਟਕਪੁਰੇ ਨੂੰ ਚੰਡੀਗੜ੍ਹ ਨਾਲ ਜੋੜਨ ਦਾ ਇੱਕੋ ਇੱਕ ਜ਼ਰੀਆ ਹੈ ਕਿ ਕੋਟਕਪੁਰੇ ਤੋਂ ਮੋਗਾ ਵਾਲੀ ਰੇਲਵੇ ਲਾਈਨ ਪਾਈ ਜਾਵੇ ਉਨੀ ਦੂਰ ਸਾਨੂੰ ਮੋਗਾ ਨਹੀਂ ਜਿੰਨੀ ਦੂਰ ਸਾਨੂੰ ਫਿਰੋਜ਼ਪੁਰ ਹੋ ਕੇ ਵੱਲ ਪਾ ਕੇ ਜਾਣਾ ਪੈਂਦਾ ਸਰਕਾਰਾਂ ਦੀ ਨਲੈਕੀ ਜਾਂ ਸਿਆਸਤਦਾਨਾਂ ਦੀ ਨਲੈਕੀ ਹਰ ਚੋਣ ਮੌਕੇ ਇਹ ਮੁੱਦਾ ਬਣਦਾ ਇੱਥੋਂ ਦੇ ਲੋਕ ਇਕੱਲਾ ਕੋਟਕਪੁਰਾ ਨਹੀਂ 200 ਤੋਂ ਜ਼ਿਆਦਾ ਪਿੰਡ ਨਾਲ ਲੱਗਦੇ ਨੇ ਉਹ ਸਾਰੇ ਲੋਕ ਇਹ ਮੰਗ ਕਰਦੇ ਨੇ ਕਿ ਕੋਟਕਪੁਰਾ ਤੋਂ ਮੋਗਾ ਵਾਲੀ ਰੇਲਵੇ ਲਾਈਨ ਪਾਈ ਜਾਵੇ ਹਰ ਚੋਣ ਮੌਕੇ 1947 'ਚ ਸਾਡਾ ਦੇਸ਼ ਆਜ਼ਾਦ ਹੋਇਆ ਅੱਜ 73 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਲਾਰਾ ਹੀ ਲੱਗਦਾ ਆ ਰਿਹਾ ਸਿਰਫ ਲਾਰਾ ਮਿਲਦਾ ਉੱਥੇ ਹੀ ਜਦੋਂ ਵਿਧਾਇਕ ਕੁਲਤਾਰ ਸੰਧਵਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਮੌਜੂਦਾ ਸਰਕਾਰ ਤੇ ਸਾਰੇ ਇਲਜ਼ਾਮ ਲਾ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਔਰ ਅਸੀਂ ਇਸ ਚੀਜ਼ ਨੂੰ ਹੱਲ ਕਰਾਵਾਂਗੇ ਕਿਉਂਕਿ ਸਾਨੂੰ ਆਮ ਲੋਕਾਂ ਨੇ ਬਣਾਇਆ ਇਹਨਾਂ ਜਿਹੜੇ ਪਹਿਲਾਂ MLA ਬਣਦੇ ਰਹੇ ਆ ਪਹਿਲੀਆਂ ਸਰਕਾਰਾਂ ਬਣਦੀਆਂ ਨੇ ਸਰਕਾਰ ਦੇ ਨੁਮਾਇੰਦੇ ਬਣਦੇ ਰਹੇ ਆ ਉਹਨਾਂ ਨੂੰ ਬਣਾਉਂਦੇ ਸੀ ਧਨਾੜ ਲੋਕ ਵੱਡੇ ਵੱਡੇ ਲੋਕ ਇਹ ਵੱਡੇ ਵੱਡੇ ਟਰਾਂਸਪੋਰਟ ਮਾਫੀਆ ਇਹ ਟਰਾਂਸਪੋਰਟ ਮਾਫੀਆ ਦੀ ਗੱਲ ਹੈ ਭਾਵੇਂ ਕਾਂਗਰਸੀ ਹੈ ਭਾਵੇਂ ਅਕਾਲੀ ਹੈ ਉਹਨਾਂ ਕਰਕੇ ਕਿਉਂਕਿ ਇਹਨਾਂ ਦੀ ਬੱਸਾਂ ਨੂੰ ਨੁਕਸਾਨ ਹੋਏਗਾ ਇਸ ਕਰਕੇ ਉਹ ਰੇਲਵੇ ਲਾਈਨ ਨਹੀਂ ਨਿਕਲ ਰਹੀ ਮੈਂ ਆਪਦੇ ਵੱਲੋਂ ਕਈ ਵਾਰ ਜਿਹੜੇ ਕੇਂਦਰੀ ਰੇਲ ਮੰਤਰੀ ਉਹਨਾਂ ਨੂੰ ਲੈਟਰ ਲਿਖ ਚੁੱਕੇ ਆ ਪ੍ਰੋਫੈਸਰ ਸਾਧੂ ਸਿੰਘ ਜਿਹੜੇ MP ਨੇ ਫਰੀਦਕੋਟ ਹਲਕੇ ਦੇ ਉਹ ਵੀ ਲੈਟਰ ਲਿਖ ਚੁੱਕੇ ਆ ਇਹੀ ਕਰ ਸਕਦੇ ਜਾਂ ਪ੍ਰੋਟੈਸਟ ਕਰ ਸਕਦੇ ਪ੍ਰੋਟੈਸਟ ਵੀ ਕੀਤਾ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਮੇਹਰ ਕਰੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਬਿਲਕੁਲ ਹੀ ਬਣਾਵਾਂਗੇ ਇਲਜ਼ਾਮ ਸਰਕਾਰਾਂ 'ਤੇ ਨੇ ਅਤੇ ਨਾਲ ਹੀ ਇਲਜ਼ਾਮ ਸਿਆਸਤਦਾਨਾਂ 'ਤੇ ਵੀ ਪਰ ਹੱਲ ਕੁਝ ਵੀ ਨਹੀਂ ਵੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਸਮੇਂ ਕਿ ਸਿਆਸਤਦਾਨ ਇਸ ਮਸਲੇ ਨੂੰ ਇੱਕ ਵਾਰੀ ਮੁੜ ਤੋਂ ਚੱਕਦੇ ਨੇ ਅਤੇ ਕੀ ਇਸ ਮਸਲੇ 'ਤੇ ਲੋਕ ਉਹਨਾਂ ਨੂੰ ਵੋਟ ਦੇਣਗੇ ਕੋਟਕਪੁਰਾ ਤੋਂ ਤਰਸੇਮ ਚੋਪੜਾ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼